साध
जो तो साध पे रंग की शीश काट कर गोए जे तो प्रेम खेलन का चाओ जो तो प्रेम खेलन का चाओ सिर धर तली सिर धर तली गली भरिया सिर धर तली गली भरिया इत मार्ग पैर धरी जय जे तो प्रेम खेलन का चाओ इत मार्ग पैर धरी जय सिर दी जय सिर दी जय कान ढाकी जय जो तो साध पिरम की सिर दी जय कान ढाकी जय कबीर जो साधु पिरम की कबीर जी दे श्लोकां दे विच अज एक रोजाना जीवन नाल जेड़ा कदम कदम ते सानू लोग भुलेखा पाउंदे ने ऐसे सब्जेक्ट नू आज क्लियर कीता गया है। लफज वरते ने कि हे भलिया जे तू प्रेम दी साधना करना चाहना है जाना है मेरा प्यार मेरा प्रेम बलवान हो जाए सफल हो जाए प्रेमी नू प्राप्त कर सके उन्दे नाल जीवन दी सांझ पैदा हो जाए ता ये खेड कोई सौखी नहीं। लफज ने जड़ी चीज साढ़े सानू सोचन लई ते सोच सोच के किसे नतीजे ते पुजन लई अज राह खोल दिए। कहन लगे एक ख्याल करें एक खेड प्रेम दी खेड कोई सौखी नहीं है बड़ी बलवान बड़ी शक्तिशाली क्योंकि आने वाले श्लोक विच भी इंदा बहुत सारा विस्तार हो जाएगा। सौखी नहीं आसान नहीं जे आसान होंदी ता रावण कोलों पुछ उसनू 11 बार क्यों सीस कट कट रखना पिया। चलो मिथास है पर देखना ये है कि सीस की दो शर्तां इंदे विच रखियां ने स्पष्ट करन वास्ते इस दो लाइना दे श्लोक विच जे तू प्रीतम नाल अपने प्रेम दे सफलता चाहना है ता एक ख्याल करी शीस कट के पेट करना पैना है। शीस कट के पेट करना पैना है ते
ਤੇ ਦੂਜੀ ਲਾਈਨ ਵਿੱਚ ਹੈ ਖੇਲਤ ਖੇਲਤ ਹਾਲ ਕਰ ਪ੍ਰੇਮ ਦੀ ਖੇਡ ਖੇਡਦਿਆਂ ਖੇਡਦਿਆਂ ਹਾਲ ਕਰ ਇਹ ਲਫ਼ਜ਼ ਇਹ ਸਾਰੇ ਸਮਝਣੇ ਤੇ ਉਹ ਹਾਲ ਕੀ ਹੈ ਜੋ ਕੁਛ ਹੋਏ ਤਾਂ ਹੋਏ ਹੁਣ ਮੈਂ ਚਾਹੁੰਦਾ ਇਹਨੂੰ ਆਪਾਂ ਅਨਵੇ ਕਰਕੇ ਸਮਝ ਲਈਏ ਪਹਿਲਾ ਲਫ਼ਜ਼ ਹੈ ਸੀਸ ਕਾਟ ਕਰ ਗੋਏ ਬ੍ਰਹਮਣਿਜ਼ਮ ਤੇ ਗੁਰਮਤ ਵਿੱਚ ਇੱਕ ਅੰਤਰ ਪਿਛਲੀ ਵਾਰ ਵੀ ਇੱਕ ਲਫ਼ਜ਼ ਆਏ ਸਨ ਕਿ ਬ੍ਰਹਮਣਿਜ਼ਮ ਸਾਰਾ ਖਲੋਤਾ ਹੈ ਸਥੂਲ ਤੇ ਦਿਸਣ ਵਾਲੀ ਚੀਜ਼ ਤੇ ਤੇ ਗੁਰੂ ਕਹਿੰਦੇ ਨੇ ਜੋ ਦੀਸੇ ਸੋ ਸਗਲ ਬਿਨਾਸੇ ਉਹਦੀ ਕੋਈ ਵੈਲਿਊ ਨਹੀਂ ਉਹਨੇ ਤੇ ਖਤਮ ਹੋਣਾ ਹੀ ਉਹ ਸਥੂਲ ਤੇ ਖੜਾ ਹੈ ਉਹਦੇ ਦੇਵੀ ਦੇਵਤੇ ਉਹ ਵੀ ਸਾਰੇ ਸਥੂਲ ਰੂਪ ਵਿੱਚ ਉਸਨੇ ਪ੍ਰਗਟ ਕੀਤੇ ਨੇ ਉਹਨਾਂ ਦੇ ਕਰਮ ਵੀ ਜੋੜ ਦਿੱਤੇ ਨੇ ਕਿਉਂਕਿ ਕਰਮ ਸਥੂਲ ਵਿੱਚ ਹੀ ਹੁੰਦਾ ਹੈ ਉਹਦਾ ਭਗਵਾਨ ਵੀ ਸਥੂਲ ਹੈ ਜਿਹੜਾ ਜੰਮਦਾ ਹੈ ਤੇ ਮਰਦਾ ਹੈ ਸਮੇਂ ਨਾਲ ਆਉਂਦਾ ਸਮੇਂ ਨਾਲ ਚਲਾ ਜਾਂਦਾ ਹੈ ਪਰ ਗੁਰਮਤ ਦਾ ਬ੍ਰਹਮਣਿਜ਼ਮ ਨਾਲੋਂ ਇੱਕ ਸੂਖਸ਼ਮ ਜਿਹਾ ਫਰਕ ਸਮਝਣਾ ਹੈ ਜਿਹੜਾ ਅਸੀਂ ਅੱਜ ਤੱਕ ਨਹੀਂ ਸਮਝ ਸਕਦੇ ਪਏ ਅੱਜ ਵੀ ਸਾਡੇ ਸਾਹਮਣੇ ਇਹ ਪ੍ਰੋਬਲਮ ਬਣੀ ਹੋਈ ਹੈ ਅਸੀਂ ਕਹਿੰਦੇ ਜ਼ਰੂਰ ਹਾਂ ਕਿ ਜਬ ਇਹ ਗਏ ਵਿਪਰਨ ਕੀ ਰੀਤ ਮੈਂ ਨਾ ਕਰਿਓ ਇਨਕੀ ਪ੍ਰਤੀਤ ਅਸੀਂ ਬ੍ਰਹਮਣਿਜ਼ਮ ਨਾਲੋਂ ਪਰ ਕਿਸੇ ਨਾ ਕਿਸੇ ਢੰਗ ਨਾਲ ਅਸੀਂ ਬ੍ਰਹਮਣਿਜ਼ਮ ਦੀ ਗ੍ਰਿਫਤ ਵਿੱਚ ਉਹਦੀ ਸੋਚ ਦੀ ਗ੍ਰਿਫਤ ਵਿੱਚ ਆਏ ਹੋਏ ਹਾਂ ਕਿਉਂ ਕਿਉਂਕਿ ਅਸੀਂ ਵੀ ਸਥੂਲ ਸਾਖੀਆਂ ਸਥੂਲ ਭਗਵਾਨ ਹੁਣ ਪਿਛਲੇ ਦਿਨਾਂ 'ਚ ਆਇਆ ਸੀ ਵੀ ਕੁਦਰਤੀ ਸਾਡਾ ਰੱਬ ਹੈ ਕੁਦਰਤ ਕੀ ਹੈ ਸਥੂਲ ਸੂਖਸ਼ਮ ਤਾਂ ਹੈ ਨਹੀਂ ਅਸੀਂ ਵੀ ਕਿਸੇ ਨਾ ਕਿਸੇ ਢੰਗ ਨਾਲ ਕਿਸੇ ਪ੍ਰਚਾਰ ਅਧੀਨ ਕਿਸੇ ਅਗਿਆਨਤਾ ਅਧੀਨ ਸਥੂਲ ਰੂਪ ਨੂੰ ਮਾਨਤਾ ਦੇ ਰਹੇ ਹਾਂ ਇਸ ਗੱਲ ਨੂੰ ਸਮਝਣਾ ਹੁਣ ਇੱਥੇ ਲਫ਼ਜ਼ ਨੇ ਜੇ ਤੂੰ ਆਪਣੇ ਪ੍ਰੀਤਮ ਨਾਲ ਪ੍ਰੇਮ ਦੀ ਖੇਡ ਖੇਡਣਾ ਚਾਹੁੰਦਾ ਤਾਂ ਜ਼ਰੂਰੀ ਹੈ ਕਿ ਤੂੰ ਸੀਸ ਭੇਟ ਕਰ ਹੁਣ ਸੀਸ ਭੇਟ ਕਰਨ ਦਾ ਇਤਿਹਾਸ ਸਾਡੇ ਵਿੱਚ ਵੀ ਆ ਗਿਆ ਸੀਸ ਭੇਟ ਕਰ ਹੁਣ ਜੇ ਇਸ ਸੀਸ ਦੀ ਗੱਲ ਹੋਵੇ ਤਾਂ ਇਹ ਤਾਂ ਸਥੂਲ ਹੈ ਇਹ ਸਥੂਲ ਹੈ ਸਿਰਫ ਇੱਕ ਉਦਾਹਰਨ ਹੈ ਐਗਜ਼ਾਮਪਲ ਹੈ ਕਿਉਂਕਿ ਆਹ ਸੀਸ ਜਿਹੜਾ ਇਹ ਸਰੀਰ ਨੂੰ ਕੰਟਰੋਲ ਕਰਦਾ ਹੈ ਇਸ ਵਾਸਤੇ ਸ੍ਰੇਸ਼ਟ ਹੈ ਇਸੇ ਲਈ ਇਹਨੂੰ ਸ੍ਰੇਸ਼ਟ ਮੰਨਿਆ ਗਿਆ ਕਿਉਂਕਿ ਸਾਰਾ ਸਰੀਰ ਜਿਹੜਾ ਹੈ ਉਹਨੂੰ ਕੰਟਰੋਲ ਕਰਨ ਵਾਲਾ ਦਿਮਾਗ ਸੋਚ ਸੁਰਤ ਉਹ ਸਿਰ ਵਿੱਚ ਬੈਠੀ ਪਰ ਇੱਕ ਹੋਰ ਵੀ ਹੈ ਜਿਹੜਾ ਤੇਰੇ ਇੰਦਰੀਆਂ ਨੂੰ ਤੇਰੀ ਸੋਚ ਨੂੰ ਅੱਗੇ ਕੰਟਰੋਲ ਕਰਦਾ ਉਹ ਹੈ ਮਨ ਇਹ ਸੀਸ ਜਿਹੜਾ ਹੈ ਇਹ ਸਥੂਲ ਹੈ ਲੇਕਿਨ ਮਨ ਸਥੂਲ ਨਹੀਂ ਉਹ ਸੂਖਸ਼ਮ ਹੈ ਪਿਛਲੇ ਦਿਨ ਗੱਲ ਆ ਚੁੱਕੀ ਹੈ ਕਿ ਮਨ ਜਿਹੜਾ ਹੈ ਉਹ ਸਰੀਰ ਦੇ ਅੰਦਰ ਹੈ ਤਨਮੈ ਮਨੂਆ ਉਹ ਕਿਸੇ ਨੇ ਵੇਖਿਆ ਹੀ ਨਹੀਂ ਨਾ ਕਿਸੇ ਡਾਕਟਰ ਨੇ ਓਪਰੇਸ਼ਨ ਕਰਕੇ ਉਹਦੀ ਨਾ ਕਿਸੇ ਫੋਟੋਗ੍ਰਾਫਰ ਨੇ ਉਹਦੀ ਫੋਟੋ ਖਿੱਚੀ ਹੈ ਵੀ ਮਨ ਕਿੱਥੇ ਹੈ ਕਿਉਂਕਿ ਸੂਖਸ਼ਮ ਹੈ ਅਤੇ ਹੈ ਉਹਦੇ ਅੰਦਰ ਵੀ ਸਿਰ ਵਾਲਾ ਕੰਮ ਕਿਉਂਕਿ ਸਿਰ ਜਿਹੜਾ ਹੈ ਉਹ ਤਨ ਨੂੰ ਕੰਟਰੋਲ ਕਰਦਾ ਹੈ ਇਹਦੇ ਵਿੱਚ ਦਿਮਾਗ ਹੈ ਸੁਰਤ ਹੈ ਚੇਤਨਾ ਹੈ ਅਤੇ ਅੰਦਰ ਹੈ ਮਨ ਮਨ ਵੀ ਸਿਰ ਵਾਲਾ ਕੰਮ ਕਰ ਰਿਹਾ
ਉਹ ਸਾਰੇ ਇੰਦਰੀਆਂ ਨੂੰ ਸਾਰੀ ਸੋਚ ਨੂੰ ਕੰਟਰੋਲ ਕਰ ਰਿਹਾ। ਜੋ ਮਨ ਪਹਿਲਾਂ ਫੈਸਲਾ ਕਰਦਾ ਹੈ ਮਨੁੱਖ ਦਾ ਤਨ ਉਹੋ ਹੀ ਕੰਮ ਕਰਦਾ, ਇੰਦਰੇ ਉਹੋ ਹੀ ਕੰਮ ਕਰਦੇ ਨੇ, ਸੂਕਸ਼ਮ ਇੰਦਰੇ ਵੀ ਉਹੀ ਕੰਮ ਕਰਦੇ ਨੇ, ਸਥੂਲ ਇੰਦਰੇ ਵੀ ਉਹੀ ਕੰਮ ਕਰਦੇ ਨੇ। ਇਸ ਲਈ ਸਿਰ ਵਾਲਾ ਕੰਮ ਹੀ ਮਨ ਕੋਲ ਹੈ, ਉਹ ਵੀ ਸਿਰ ਹੈ, ਅੰਤਰਾਤਮੇ ਦਾ ਜੀਵਨ ਦਾ ਸਿਰ ਹੈ। ਹੁਣ ਇੱਥੇ ਜੇ ਅਸੀਂ ਸਥੂਲ ਸਿਰ ਦੀ ਗੱਲ ਕਰੀਏ ਫਿਰ ਤਾਂ ਬ੍ਰਹਮਣਿਜ਼ਮ ਹੋ ਗਿਆ। ਲਓ ਮੈਂ ਸਪਸ਼ਟ ਕਰਨਾ ਚਾਹੁੰਦਾ, ਭਾਵੇਂ ਇਹ ਗੱਲ ਸਾਡੇ ਸਾਹਮਣੇ ਅੱਜ ਵੀ ਮੁਸ਼ਕਲ ਹੈ ਕਿਉਂਕਿ ਸਾਡੇ ਅੰਦਰ ਬ੍ਰਹਮਣਿਜ਼ਮ ਇੰਨਾ ਘਰ ਕਰ ਚੁੱਕਾ ਹੈ, ਹੁਣ ਅਸੀਂ ਗੁਰਬਾਣੀ ਦੀ ਸੋਚ ਦੀ ਡੂੰਘਾਈ ਦੀ ਗੱਲ ਵੀ ਨਹੀਂ ਸੁਣਨਾ ਚਾਹੁੰਦੇ। ਹੋ ਸਕਦਾ ਕਈ ਸੱਜਣ ਵਿਰੋਧ ਕਰਨ ਵੀ, ਲਓ ਜੀ ਇਹ ਪੁਰਾਣੀਆਂ ਸਾਖੀਆਂ ਨੂੰ ਖੰਡਨ ਕਰ, ਮੈਂ ਪੁਰਾਣੀਆਂ ਸਾਖੀਆਂ ਖੰਡਨ ਨਹੀਂ ਕਰ ਰਿਹਾ, ਲੇਕਿਨ ਗੁਰਬਾਣੀ ਵਿੱਚੋਂ ਤੁਹਾਡੇ ਸਾਹਮਣੇ ਇੱਕ ਸਵਾਲ ਰੱਖਣਾ ਚਾਹੁੰਦਾ, ਕਿਉਂਕਿ ਸਰੀਰ ਸਥੂਲ ਹੈ, ਇਹਦਾ ਸਿਰ ਵੀ ਸਥੂਲ ਹੈ। ਜੇ ਤਾਂ ਸਾਡਾ ਧਰਮ ਸਥੂਲ 'ਤੇ ਖੜਾ ਹੈ, ਇਹ ਸਿਰ ਦੇਣ ਦਾ ਮਸਲਾ ਆ ਜਾਂਦਾ, ਫਿਰ ਬ੍ਰਹਮਣਿਜ਼ਮ ਹੈ, ਕਿਉਂਕਿ ਬ੍ਰਹਮਣਿਜ਼ਮ ਸਾਰਾ ਸਥੂਲ 'ਤੇ ਖੜਾ ਹੈ। ਹੁਣ ਇਸ ਗੱਲ ਨੂੰ ਆਪਾਂ ਗੁਰਬਾਣੀ ਵਿੱਚੋਂ ਹੀ ਸਪਸ਼ਟ ਕਰੀਏ, ਜੇ ਇਹ ਸਿਰ ਨਹੀਂ ਤਾਂ ਕਿਹੜਾ ਸਿਰ, ਕਿ ਸਾਡੇ ਸਾਹਮਣੇ ਵੀ ਆਇਆ ਕਿ ਸੀਸ ਮੰਗੇ, ਸੀਸ ਦਿੱਤੇ, ਅਸੀਂ ਸਥੂਲ ਨਾਲ ਇੰਨਾ ਜੁੜ ਗਏ ਕਿ ਜੇ ਬ੍ਰਹਮਣਿਜ਼ਮ ਨੇ ਇਹ ਸਪਸ਼ਟ ਇਹ ਲਫ਼ਜ਼ ਕਹੇ ਕਿ ਸ਼ਿਵਜੀ ਨੇ ਆਪਣੇ ਪੁੱਤਰ ਦਾ ਸਿਰ ਵੱਢ ਲਿਆ ਗੁੱਸੇ ਵਿੱਚ, ਸਿਰ ਲਾ ਦਿੱਤਾ, ਫਿਰ ਉਹਨੂੰ ਤਨ ਕਰਕੇ ਸਿਰ ਦੀ ਲੋੜ ਸੀ, ਕੋਲ ਹਾਥੀ ਦਾ ਬੱਚਾ ਜਾ ਰਿਹਾ ਸੀ, ਉਹਨੇ ਉਹਦਾ ਸਿਰ ਵੱਢ ਕੇ ਉਹਨੂੰ ਲਾ ਦਿੱਤਾ। ਸਿਰ ਵੱਢਣਾ, ਕਤਲ ਕਰਨਾ ਅਤੇ ਸਿਰ ਜੋੜਨਾ ਬ੍ਰਹਮਣਿਜ਼ਮ ਦੇ ਇਤਿਹਾਸ ਵਿੱਚ ਆ ਗਿਆ, ਅਤੇ ਸਾਡੇ ਇਤਿਹਾਸ ਵਿੱਚ ਇਹ ਆ ਗਿਆ ਕਿ ਗੁਰੂ ਦਸਮ ਪਾਤਸ਼ਾਹ ਨੇ ਸਿਰ ਵੱਢੇ। ਬਲਕਿ ਤੁਸੀਂ ਹੈਰਾਨ ਹੋਵੋਗੇ, ਪਿਛਲੇ ਆ 5-7 ਸਾਲ ਪੁਰਾਣੀ ਗੱਲ ਹੈ, ਵਿਸਾਖੀ ਦੇ ਟਾਈਮ 'ਤੇ ਕਿਸੇ ਸੱਜਣ ਨੇ ਇਹ ਵੀ ਇਤਿਹਾਸ ਪਾ ਦਿੱਤਾ ਕਿ ਜਿਸ ਵਕਤ ਸਿਰ ਲਾ ਦਿੱਤੇ ਅਤੇ ਫਿਰ ਜਿਰਾ ਨੂੰ ਬੁਲਾਇਆ, ਜਿਹੜਾ ਜਿਵੇਂ ਹੁਣ ਜੋ ਆਪਾਂ ਹੁਣ ਕਹਿੰਦੇ ਹਾਂ ਕਿ ਜਿਹੜੇ ਸਿਲਾਈ ਕਰਦੇ ਨੇ, ਓਪਰੇਸ਼ਨ ਕਰਦੇ ਨੇ, ਜਿਰਾ ਨੂੰ ਬੁਲਾਇਆ ਸਿਲਾਈ ਕਰਨ ਵਾਲੇ ਨੂੰ, ਅਤੇ ਉਸ ਇੱਕ ਪਿਆਰੇ ਦਾ ਸਿਰ ਦੂਜੇ ਪਿਆਰੇ ਦੇ ਸਿਰ ਧੜ ਨਾਲ ਲਾ ਦਿੱਤਾ, ਬੰਨ ਦਿੱਤਾ, ਉਹਨੂੰ ਆਖਿਆ ਇਹਨੂੰ ਇਹਦੇ ਨਾਲ ਸੀ ਦੇ, ਦੂਜੇ ਦਾ ਤੀਜੇ ਨਾਲ ਸੀ ਦਿੱਤਾ। ਬਕਾਇਦਾ 5-4 ਸਾਲ ਪਹਿਲਾਂ ਮੇਰੇ ਕੋਲ ਉਸਦੀ ਕਟਿੰਗ ਪਈ, ਸੇਵ ਕੀਤੀ ਹੋਈ। ਉਹ ਇਸ ਤਰ੍ਹਾਂ ਦਾ ਇਤਿਹਾਸ ਵੀ ਕੱਢ ਦਿੱਤਾ, ਪਰ ਜੇ ਇਸ ਤਰ੍ਹਾਂ ਦਾ ਘੜੇ ਅਤੇ ਅਸੀਂ ਇਹਦੇ 'ਤੇ ਨਿਰਭਰ ਕਰੀਏ ਫਿਰ ਤਾਂ ਸਾਰਾ ਕੁਝ ਸਥੂਲ ਹੋ ਗਿਆ। ਬਿਲਕੁਲ ਅਸੀਂ ਗਣੇਸ਼ ਵਾਲਾ ਅਤੇ ਸ਼ਿਵਜੀ ਵਾਲਾ ਕੰਮ ਕੀਤਾ ਰਸਮ ਪਾਤਸ਼ਾਹ ਨੇ, ਇਹ ਗੱਲ ਮੰਨ ਨਹੀਂ ਸਕਦੇ, ਕਿਉਂਕਿ ਸਤਿਗੁਰੂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਮੁਤਾਬਕ, ਕਿਉਂਕਿ ਦਸੇ ਪਾਤਸ਼ਾਹੀਆਂ ਭਾਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਭਾਵੇਂ ਗੁਰੂ ਨਾਨਕ ਨੇ, ਉਹਨਾਂ ਦੀ ਮੱਤ, ਉਹਨਾਂ ਦੀ ਵਿਚਾਰਧਾਰਾ, ਉਹਨਾਂ ਦੀ ਕਰਨੀ, ਉਹਨਾਂ ਦਾ ਸਿਧਾਂਤ ਵੱਖਰਾ ਵੱਖਰਾ ਨਹੀਂ। ਮੈਂ ਇੱਕ ਵਾਰ ਅਰਜ਼ੀ ਕੀਤੀ ਸੀ, ਭਾਈ ਨੰਦ ਲਾਲ ਜੀ ਨੇ ਬੜੀ ਖੂਬਸੂਰਤ ਗੱਲ ਆਖੀ, ਸਾਰਿਆਂ ਦੀ ਗਿਣਤੀ ਕਰਦਾ ਕਰਦਾ ਅਖੀਰ ਕਹਿੰਦਾ ਹਮੂ ਨਾਨਕ ਅਸਤ ਹਮੂ ਗੁਰਗੋਬਿੰਦ ਸਿੰਘ, ਹਮੂ ਨਾਨਕ ਅਸਤ ਹਮੂ ਰਤਨ ਜਾਹੋਰ ਹਮੂ ਮਾਨਕ ਅਸਤ, ਕਿ ਗੁਰੂ ਗੋਬਿੰਦ ਸਿੰਘ ਸਾਹਿਬ ਅਤੇ ਗੁਰੂ ਨਾਨਕ ਵਿੱਚ ਕੋਈ ਫਰਕ ਨਹੀਂ, ਇੱਕੋ ਹੀ ਵਿਚਾਰਧਾਰਾ। ਗੁਰੂ ਦਸਮ ਪਾਤਸ਼ਾਹ ਜੀ ਦੀ ਵਿਚਾਰਧਾਰਾ ਕਿਸੇ ਸ਼ਿਵਜੀ ਨਾਲ ਨਹੀਂ ਮਿਲਦੀ, ਸ਼ਿਵਜੀ ਨਾਲ ਨਹੀਂ ਮਿਲਦੀ। ਸਤਿਗੁਰੂ ਨੇ ਬਾਣੀ ਅੰਦਰ ਆਖਿਆ, ਫਿਰ ਕਿਹੜੀ ਵਿਚਾਰਧਾਰਾ ਹੈ? ਹੁਣ ਜ਼ਰਾ ਆਪਾਂ ਗੁਰਬਾਣੀ ਵਿੱਚੋਂ ਦੇਖਣਾ ਹੈ, ਸਿਰ ਕਿਹੜਾ ਲਾਉਣਾ, ਕਿਹੜਾ ਸਿਰ ਭੇਟਾ ਕਰਨਾ ਹੈ। ਸਤਿਗੁਰੂ ਕਹਿੰਦੇ ਨੇ
ऐसा सतगुरु जे मिले ऐसा सतगुरु जे मिले तिसनु सिर सौंपिए सिर दा पेट कर ले जे तो प्रेम खेलन का चाहो सिर धर तरी गली पुरी आओ गल गल गलत नहीं गुरु नानक दी कही होई है किसनु सिर सौंपिए सिर सौंपना की है विच्चों आप जाए अंदर जड़ा मन बैठा है ना आपा आपा पर का मिट गया जब देखा था तू जब हम होते तब तू नहीं अब तू ही मैं नहीं अंदर जड़ा हम बैठा है ना मन बैठा है वो मानी तो अर्पण करना है ਮਾਣੀਤਾ ਅਰਪਣ ਮਨੁੱਖ ਤਨ ਅਰਪਣ ਕਰ ਸਕਦਾ ਹੈ ਆਸਾਨੀ ਨਾਲ ਮਨ ਅਰਪਣ ਕਰਨਾ ਔਖਾ ਹੈ ਮਨ ਅਰਪਣ ਪੁਰਾਣੀ ਇੱਕ ਮਿਥਾਸਿਕ ਗੱਲ ਵੀ ਆਉਂਦੀ ਵੀ ਜਨਕ ਨੇ ਆਖਿਆ ਮੈਨੂੰ ਘੋੜੇ 'ਤੇ ਸਵਾਰ ਹੁੰਦਿਆਂ ਤੱਕ ਕੋਈ ਗਿਆਨ ਦੇ ਦੇਵੇ ਅਤੇ ਕਹਿੰਦੇ ਨੇ ਜਿਸ ਵਕਤ ਗਿਆਨ ਦੇਣ ਦਾ ਮਸਲਾ ਆ ਗਿਆ ਅਸ਼ਟਾਵਕਰ ਨੇ ਘੋੜੇ 'ਤੇ ਚੜ੍ਹਨ ਲੱਗਾ ਜਨਕ ਅਤੇ ਉਹਨੇ ਆਖਿਆ ਰੁੱਖ ਪਹਿਲਾਂ ਮੈਂ ਤੈਨੂੰ ਗਿਆਨ ਦੇਣਾ ਗਿਆਨ ਦੇਣ ਵਾਲਾ ਗੁਰੂ ਹੁੰਦਾ ਗੁਰੂ ਨੂੰ ਕੋਲੋਂ ਗਿਆਨ ਲੈਣ ਲੱਗੇ ਦਕਸ਼ਿਣਾ ਦੇਣੀ ਪੈਂਦੀ ਜਿਵੇਂ ਸਿਰ ਅਰਪਣ ਕਰਨਾ ਪਹਿਲਾਂ ਮੈਨੂੰ ਗੁਰੂ ਦਕਸ਼ਿਣਾ ਦੇ ਹਜੇ ਜੀ ਕੀ ਦਿਆਂ ਇਹ ਰਾਜ ਭਗਤਾਂ ਤੇਰਾ ਨਹੀਂ ਕੱਲ੍ਹ ਤੂੰ ਛੱਡ ਜਾਣਾ ਇਹ ਤਨ ਵੀ ਤੇਰਾ ਨਹੀਂ ਤੂੰ ਛੱਡ ਜਾਣਾ ਫਿਰ ਕੀ ਦੇਂਗਾ ਮਨ ਦੇ ਦੇ ਕਹਿੰਦੇ ਅੱਜ ਦੇ ਦਿੱਤਾ ਘੋੜੇ 'ਤੇ ਚੜ੍ਹਨ ਲੱਗਾ ਤੈਨੂੰ ਕਹਿੰਦੇ ਕਿ ਤੈਨੂੰ ਕਿੰਨੇ ਆਖਿਆ ਘੋੜੇ 'ਤੇ ਚੜ੍ਹਨ ਲਈ ਅਖੇ ਮਨ ਨੇ ਮਨ ਤਾਂ ਤੇਰਾ ਹੈ ਨਹੀਂ ਮਨ ਤਾਂ ਤੂੰ ਦੇ ਚੁੱਕਾ ਹੈ ਇੱਕ ਐਸਾ ਜਦੋਂ ਮਨ ਗੁਰੂ ਕੋਲ ਚਲਾ ਗਿਆ ਤੁਹਾਡਾ ਕੁਝ ਵੀ ਨਾ ਰਿਹਾ ਉਹੀ ਗੱਲ ਸਤਿਗੁਰੂ ਨੇ ਇੱਥੇ ਆਖੀ ਵਿੱਚੋਂ ਆਪ ਜਾਏ ਆਦਿ ਕੀ ਬਾਬਾ ਕਬੀਰ ਜੀ ਦੇ ਲਫ਼ਜ਼ ਕੀ ਨੇ ਖੇਲਤ ਖੇਲਤ ਹਾਲ ਕਰ ਜੋ ਕੁਛ ਹੋਏ ਤਾਂ ਹੋਏ ਤੇਰੇ ਹੱਥ ਵਿੱਚ ਕੁਝ ਨਹੀਂ ਜਿਸ ਦਿਨ ਮਨ ਅਰਪਣ ਕਰੇਗਾ ਉਸ ਦਿਨ ਤੇਰੀ ਹੋਂ ਖਤਮ ਹੋ ਜਾਏਗੀ ਤੇਰਾ ਆਪਾ ਖਤਮ ਹੋ ਜਾਏਗਾ ਤੇਰੀ ਵਿਚਾਰ ਤੇਰੀ ਸੁਰਤ ਤੇਰੀ ਸੋਚ ਤੇਰੇ ਫੈਸਲੇ ਕੁਝ ਵੀ ਨਹੀਂ ਰਹਿਣਗੇ ਫਿਰ ਗੁਰ ਕਹਿਆ ਸਾਕਾਰ ਕਮਾਵੋ ਫਿਰ ਜੋ ਤੂੰ ਕਰੇ ਕਰਾਵੇਂ ਸਵਾਮੀ ਸਾਹ ਮਸਲਤ ਪ੍ਰਵਾਨ ਆਪਾ ਖਤਮ ਹੋ ਗਿਆ ਤੇ ਜਿਸ ਦਿਨ ਆਪਾਂ ਖਤਮ ਹੋ ਗਿਆ ਉਸ ਦਿਨ ਮਨ ਦਾ ਮਰਨਾ ਹੋਰ ਹੈ ਕੀ ਸਤਿਗੁਰੂ ਨੇ ਬਾਣੀ ਵਿੱਚ ਆਖਿਆ ਮਨ ਮੂਏ ਮਨ ਮਰੇ ਧਾਤ ਮਰ ਜਾਏ ਬਿਨ ਮਨ ਮੂਏ ਕੈਸੇ ਹਰ ਪਾਏ ਰੱਬ ਕਿਵੇਂ ਮਿਲੇ ਮਨ ਤਾਂ ਤੇਰਾ ਮਰ ਨਹੀਂ ਰਿਹਾ ਤੇ ਮਨ ਮਰਦਾ ਕਿਵੇਂ ਮਨ ਮਰੇ ਦਾਰੂ ਜਾਣੇ ਕੋਏ ਮਨ ਮਾਰਨ ਦੀ ਤਰਕੀਬ ਸਿੱਖੇ ਦਾਰੂ ਜਾਣੇ ਮਨ ਮਰੇ ਦਾਰੂ ਜਾਣੇ ਕੋਏ ਮਨ ਸ਼ਬਦ ਮਰੇ ਗੁਰੂ ਨੇ ਬਾਣੀ ਵਿੱਚ ਆਖਿਆ ਕਹਿਣ ਲੱਗੇ ਮਨ ਸ਼ਬਦ ਮਰੇ ਬੂਝੇ ਜਨ ਕੋਏ ਮਨ ਸ਼ਬਦ ਮਰੇ ਮਰਦਾ ਸ਼ਬਦ ਨਾਲ ਹੈ ਤੇ ਸ਼ਬਦ ਗੁਰੂ ਹੈ ਸ਼ਬਦ ਗੁਰੂ ਹੈ ਸ਼ਬਦ ਨਹੀਂ ਦਾ ਮਤਲਬ ਮਨ ਮਾਰ ਦਿੱਤਾ ਤੇ ਆਪਾਂ ਕੀ ਕਹਿੰਦੇ ਹਾਂ ਗੁਰੂ ਸਤਿਗੁਰੂ ਮੇਰਾ ਮਾਰ ਜੀਵਾਲੇ
ਤੇ ਹੋਇਆ ਕੀ? ਗੁਰੂ ਦਸਮ ਪਾਤਸ਼ਾਹ ਜੀ ਦਾ ਜਿਹੜਾ ਕ੍ਰਿਸ਼ਮਾ ਸੀ ਆਖਣੇ ਉਹ ਕੀ ਹੈ? ਸਤਿਗੁਰ ਮੇਰਾ ਮਾਰ ਜਵਾਲੇ। ਹੁਣ ਦੇਖਣਾ ਵੀ ਉਹ ਸਰੀਰ ਕਰਕੇ ਮਾਰ ਕੇ ਜਿਉਂਦਾ ਕਰਦਾ ਹੈ ਜਾਂ ਕਿ ਮਨ ਮਾਰ ਕੇ ਉਸ ਮਨ ਨੂੰ ਜਿਉਂਦਾ ਕਰਦਾ ਹੈ। ਸਤਿਗੁਰੂ ਨੂੰ ਬਾਣੀ ਅੰਦਰ ਫੈਸਲੇ ਦਿੱਤੇ ਨੇ ਹਰ ਇੱਕ ਚੀਜ਼ ਦੇ। ਸਤਿਗੁਰੂ ਕਹਿੰਦੇ ਨੇ ਭਰਿਆ ਮਨ ਸ਼ਬਦ ਮਰੇ, ਮਨ ਸ਼ਬਦ ਮਰੇ ਬੂਝੇ ਜਨ ਕੋਏ। ਤੇ ਇੱਕ ਲਫ਼ਜ਼ ਨੇ ਸਤਿਗੁਰੂ ਕਹਿੰਦੇ ਨੇ ਗੁਰ ਸੁੰਦਰ ਮੋਹਨ ਪਾਏ ਕਰੇ, ਮਨ ਨੂੰ ਮਾਰਦਾ ਕਿਉਂਕਿ ਮਨ ਵੀ ਇੱਕ ਸਿਰ ਹੈ, ਸੂਖਸ਼ਮ ਸਿਰ ਹੈ ਜਿਹੜਾ ਸਿਰ ਦੀ ਤਰ੍ਹਾਂ ਅੰਦਰ ਕੰਟਰੋਲ ਕਰ ਰਿਹਾ। ਤੇ ਗੁਰੂ ਮਨ ਨੂੰ ਮਾਰਦਾ ਹੈ ਤੇ ਮਨ ਨੂੰ ਮਾਰਦਾ ਹੈ ਸ਼ਬਦ ਦੇ ਬਾਣੀ ਦੇ ਤੀਰ ਨਾਲ, ਬਾਣੀ ਦੀ ਤਲਵਾਰ ਨਾਲ। ਗੁਰਬਾਣੀ ਹੈ, ਸਤਿਗੁਰ ਕਹਿੰਦੇ ਨੇ ਹਰ ਪ੍ਰੇਮ ਗੁਰ ਸੁੰਦਰ ਮੋਹਨ ਪਾਏ ਕਰੇ, ਹਰ ਪ੍ਰੇਮ ਬਾਣੀ ਮਨ ਮਾਰਿਆ। ਇਹਨੂੰ ਕਹਿੰਦੇ ਨੇ ਮਾਰ ਜਵਾਲੇ। ਬਾਣੀ ਦੇ ਫੈਸਲੇ ਨੇ। ਕਾਸ਼ ਕਦੀ ਇਹ ਸਬਜੈਕਟ ਐਸਾ ਜਿੰਨਾ ਮਰਜ਼ੀ ਇਸਨੂੰ ਬੈਠ ਕੇ ਵਿਚਾਰੀਏ ਸਵਾਦ ਆਉਂਦਾ ਹੈ, ਪਰ ਦੁੱਖ ਇਹ ਹੈ ਕਿ ਅਸੀਂ ਗੁਰਬਾਣੀ ਦੇ ਸਿਧਾਂਤ ਨੂੰ, ਗੁਰੂ ਦੇ ਸਿਧਾਂਤ ਦੀ ਬਜਾਏ ਅਸੀਂ ਬ੍ਰਹਮਣਿਜ਼ਮ ਦੇ ਸਿਧਾਂਤ ਨੂੰ ਸੁਣ ਸੁਣ ਕੇ ਇੰਨਾ ਪਹਿਰਾ ਦੇਣ ਲੱਗ ਪਏ ਹੁੰਦੇ ਹਾਂ ਕਿ ਗੁਰਬਾਣੀ ਦੇ ਸਿਧਾਂਤ ਨੂੰ ਸੁਣਨਾ ਵੀ ਨਹੀਂ ਚਾਹੁੰਦੇ, ਸਮਝਣਾ ਵੀ ਨਹੀਂ ਚਾਹੁੰਦੇ। ਗੁਰੂ ਕਹਿੰਦੇ ਨੇ ਗੁਰ ਸੁੰਦਰ ਮੋਹਨ ਪਾਏ ਕਰੇ, ਹਰ ਪ੍ਰੇਮ ਬਾਣੀ ਮਨ ਮਾਰਿਆ। ਤੇ ਉਸ ਮਨ ਮਰਨ ਦਾ ਪਤਾ ਜੇ ਨਤੀਜਾ ਕੀ ਨਿਕਲਿਆ? ਬਾਬਾ ਕਬੀਰ ਜੀ ਦੇ ਅਗਲਾ ਸਲੋਕ ਵਾ, ਅਗਲੀ ਲਾਈਨ ਵਾਲਾ ਨਤੀਜਾ ਇਹ ਨਿਕਲਿਆ ਮੇਰੇ ਹਿਰਦੇ ਸੁਣ ਦੁੱਧ ਵਿਸਰ ਗਏ। ਜਦੋਂ ਮਨ ਮਰ ਜਾਏ ਸੁੱਧ ਬੁੱਧ ਆਪਣੀ ਤਾਂ ਰਹੀ ਕੋਈ ਨਾ। ਕਾ ਕਬੀਰ ਬੁੱਧ ਹਾਰ ਲਈ ਮੇਰੀ, ਬੁੱਧ ਬਦਲੀ ਉਹਨੇ ਸਿਰ ਬਦਲ ਦਿੱਤਾ, ਬੁੱਧ ਬਦਲੀ ਸਿੱਧ ਪਾਈ ਜੋ ਤੋ ਸਾਧ ਪ੍ਰਮ ਕੀ। ਜਦੋਂ ਬੁੱਧ ਬਦਲ ਦਿੱਤੀ, ਮਤ ਬਦਲ ਦਿੱਤੀ ਜਿਹੜੀ ਬਣ ਵਿੱਚ ਸੀ, ਜਿਹਦਾ ਪ੍ਰਤੀਕ ਬਣ ਸੀ ਉਹ ਵੀ ਸਿਰ ਦਾ ਕੰਮ ਕਰ ਰਿਹਾ ਸੀ। ਜਦੋਂ ਮੈਂ ਉਹ ਮਨ ਸਿਰ ਭੇਟ ਕੀਤਾ, ਮੇਰੇ ਮਾਲਕ ਨੇ ਮੇਰੇ ਗੁਰੂ ਨੇ ਮੇਰੀ ਸੁੱਧ ਬੁੱਧ ਵਿਸਾਰ ਦਿੱਤੀ, ਉਹ ਇਹਦਾ ਕਤਲ ਕੀਤਾ, ਵੱਖ ਕੀਤਾ ਉਹ ਮਨ, ਇਹਦਾ ਮਾਰਿਆ ਗੁਰਸੁੰਦਰ ਮੋਹਨ ਪਾਏ ਕਰੇ, ਹਰ ਪ੍ਰੇਮ ਬਾਣੀ ਮਨ ਮਾਰਿਆ, ਹੋਇਆ ਕਿ ਮੇਰੇ ਹਿਰਦੇ ਸੁੱਧ ਬੁੱਧ ਵਿਸਰ ਗਏ। ਤੇਰੇ ਜਿਹੜੇ ਹਿਰਦੇ ਦੀ ਸੁੱਧ ਬੁੱਧ ਸੀ ਨਾ ਬੇਹੋਸ਼ੀ, ਤੇ ਹਾਲ ਕੀ ਹੈ? ਇਹ ਆਮ ਕਰਕੇ ਨਾ ਜਿਹੜੇ ਲੋਕ ਖੇਡਾਂ ਖਿਲਾਉਂਦੇ ਨੇ ਉਹਨਾਂ ਵਿੱਚ ਇਹ ਲਫ਼ਜ਼ ਵਰਤਿਆ ਜਾਂਦਾ, ਜਿਹੜੇ ਭੂਤਾਂ ਪ੍ਰੇਤਾਂ ਵਾਲੇ ਵੀ ਕਹਿੰਦੇ ਨੇ ਉੱਥੇ ਜਾ ਕੇ ਫਲਾਣਾ ਆਦਮੀ ਜੇ ਖੇਡ ਲਿਆ ਫਿਰ ਉਹ ਕਹਿੰਦੇ ਨੇ ਉਹਨੂੰ ਹਾਲ ਪੈ ਗਿਆ। ਹਾਲ ਪੈ ਗਿਆ ਕੀ ਮੰਨਦੇ ਸਨ? ਜਦੋਂ ਬੇਹੋਸ਼ੀ ਹੋ ਜਾਏ, ਉਹਨੂੰ ਸਮਝ ਨਾ ਰਹੇ, ਸੋਚ ਖਤਮ ਹੋ ਜਾਏ, ਬੇਹੋਸ਼ੀ ਹੋ ਜਾਏ, ਉਹਨੂੰ ਕਹਿੰਦੇ ਸਨ ਹੁਣ ਹਾਲ ਪੈ ਗਿਆ। ਤੇ ਬਾਬਾ ਕਬੀਰ ਜੀ ਨੇ ਵੀ ਇਹੋ ਗੱਲ ਆਖੀ, ਕਹਿੰਦੇ ਨੇ ਖੇਲਤ ਖੇਲਤ ਹਾਲ ਕਰ, ਜੇ ਤੂੰ ਪ੍ਰੇਮ ਦੀ ਖੇਡ ਖੇਡਣੀ ਹੈ ਇਹਦੇ ਵਿੱਚ ਮਨ ਅਰਪਣ ਕਰ, ਮਨ ਮਰ ਜਾਏਗਾ ਤੇ ਖੇਡਦਿਆਂ ਖੇਡਦਿਆਂ ਹਾਲ ਕਰ, ਬੇਹੋਸ਼ ਹੋ ਜਾ, ਤੈਨੂੰ ਆਪਣੀ ਹੋਸ਼, ਆਪਣੀ ਸੋਚ, ਆਪਣੀ ਸਿਆਣਪ ਬਿਲਕੁਲ ਨਾ ਰਹੇ। ਗੁਰ ਕਹਿਆ ਸਾਕਾਰ ਕਮਾਓ,
खेलत हाल कर, तेरी हालत ये हो जाए कि जो कुछ होए तो होए, तेरी अपनी सोच ही खत्म हो जाए, तेरी अपनी विचारधारा, अपनी दनाई जिस दे सहारे तू अकलमंद अपने आप नू समझ के सारा कुछ कर 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 रहे हैं ते अपने आप दी होंद बनाई बैठा है, सारी खत्म हो जाए। ना हम किया ना करेंगे ना कर सके शरीर, जो कुछ किया सो हर किया, पयो कबीर कबीर ए हालत हो जाए। बाबा कबीर जी ने अज गल समझाई, कहन लगे ए है सतगुरु मेरा मार्ज वाले। गुरु ने बाणी विच आखिया, कहन लगे पंडित नानक सतगुरु मिल दो मरे, निशानी की है सतगुरु दे मिलन दी। गुरबाणी दी तो कह पंडित नानक, गुरु नानक कहंदा है पंडित नानक सतगुरु मिल दो मरे, अगे लफड़ ने गुरु के शब्द फिर जीवै कोई। गुरु दे शब्द विच्चो, गुरु दे उपदेश विच्चो, गुरु दे सिद्धांत विच्चो उसनु जिहड़ा नवा जीवन मिले है ना, ओ है सतगुरु मेरा मार जीवाले। ते इसे दा नाम है सिर अर्पण करना, क्योंकि सिर विच सोच है, मन विच सोच है, इंदे विच संगेरा करके अपनी रचना तो बाबा कबीर जी ने आख्या, जे तू सा जे अपने प्रेम दी प्रभु नाल प्रेम दी गुरु नाल प्रेम दी खेड खेडना चाहना है, तो फिर अपना अपनी सोच विचार अपनी विचारधारा छड़ दे। जो गुरु आखता है अज दा दुकान की है, असी रोज़ कहने वो भले हो जिन्नियां पार्टियां जिन्नियां धड़े जिन्नियां रहत मर्यादा वक् वक् ने, यह ना आखो कि मैं कोई वक्री मर्यादा चलाई, मैं कहना सारियां छड़ दियो, जो गुरु कहंदा श्री गुरु ग्रंथ साहब वो मन लो। ये है समर्पण गुरु, ये है गुरु अगे सीस भेट करना, ये है गुरु नाल रिश्ता प्रेम का रिश्ता पाना। बाबा कबीर जी ने यो गल आखी, कह लगे कबीर जो तो साध की कबीर जो तो साध अपनी सोच अपनी होश खत्म कर दे, खेलते खेलते हाल करे, जो कुछ होए साध प्रेम की।
ਖੁਸ਼ੀ ਵਿੱਚ ਜਦੋਂ ਅਸੀਂ ਸਾਖੀਆਂ ਇਤਿਹਾਸ ਜਿਹੜੀਆਂ ਬ੍ਰਹਮਨਿਜ਼ਮ ਦੇ ਪ੍ਰਭਾਵ ਥੱਲੇ ਹੀ ਲਿਖੀਆਂ ਗਈਆਂ ਜਿਹੜੀਆਂ ਅੱਜ ਅਸੀਂ ਜਿਉਂ ਜਿਉਂ ਉਹਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੋਚ ਨਾਲ ਕੰਪੇਅਰ ਕਰਦੇ ਹਾਂ ਫਿਰ ਪਤਾ ਲੱਗਦਾ ਨਹੀਂ ਅਸੀਂ ਤਾਂ ਬ੍ਰਹਮਨਿਜ਼ਮ ਵਿੱਚ ਚੱਲ ਰਹੇ ਹਾਂ। ਫਿਰ ਸਾਡੇ ਉਹ ਭੁਲੇਖੇ ਭਰਮ ਦੂਰ ਹੋ ਜਾਣਗੇ, ਅਸੀਂ ਗੁਰਮਤਿ ਦੀ ਗੋਦੀ ਵਿੱਚ ਇਕੱਠੇ ਬੈਠ ਸਕਾਂਗੇ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੁੱਕਾ ਹਾਂ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।